ਅੱਜ ਬਹੁਤ ਖੁਸ਼ੀ ਹੈ, ਬਹੁਤ ਖੁਸ਼ੀ ਦਾ ਦਿਹਾੜਾ। ਪੰਥ ਰਤਨ ਜੱਦਾ ਗੁਰਚਰਨ ਸਿੰਘ ਟੌੜਾ ਸਾਹਿਬ, ਜਿਨ੍ਹਾਂ ਦਾ ਨਾਂ ਸਾਰੀ ਦੁਨੀਆ ਦੇ ਵਿੱਚ ਬਹੁਤ ਮਾਣ ਸਨਮਾਨ ਅਤੇ ਇਮਾਨਦਾਰੀ ਪੱਖੋਂ ਮੰਨਿਆ ਜਾਂਦਾ ਸੀ। ਹਰ ਬੰਦਾ ਉਹਨਾਂ ਨਾਲ ਗੱਲ ਕਰਨ ਦੀ ਝਿਜਕ ਕਰਦਾ ਸੀ, ਕਿਉਂਕਿ ਉਹਨਾਂ ਦੀ ਇਮਾਨਦਾਰੀ ਅਤੇ ਉਹਨਾਂ ਦਾ ਬੋਲਣ ਦਾ ਤਰੀਕਾ, ਉਹਨਾਂ ਦਾ ਰਹਿਣ ਦਾ ਤਰੀਕਾ ਬਹੁਤ ਹੀ ਵਧੀਆ ਸੀ। ਅੱਜ ਉਹਨਾਂ ਦੇ 100 ਸਾਲਾ ਆਪਾਂ ਜਨਮ ਦਿਵਸ ਮਨਾ ਰਹੇ ਹਾਂ, ਅਤੇ ਉਹਦੇ ਸੰਬੰਧ ਦੇ ਵਿੱਚ ਸਰ ਸਤਵਿੰਦਰ ਸਿੰਘ ਟੌੜਾ ਸਾਹਿਬ ਨੇ ਸਾਰੇ ਪਿੰਡ ਨੂੰ ਨਾਲ ਲੈ ਕੇ, ਕਲੱਬ ਨੂੰ ਨਾਲ ਲੈ ਕੇ, ਸੰਤਾਂ ਮਹਾਂਪੁਰਸ਼ਾਂ ਨੂੰ ਨਾਲ ਲੈ ਕੇ ਅੱਜ ਵਾਤਾਵਰਨ ਪ੍ਰਤੀ ਪਲਾਂਟੇਸ਼ਨ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ। ਸੋ ਮੈਂ ਵਧਾਈ ਦਿੰਦਾ ਇਸ ਗੱਲ ਦੀ। ਔਰ ਉਹ ਸ਼ੁਰੂ ਵੀ ਤ੍ਰਿਵੇਣੀ ਤੋਂ ਸ਼ੁਰੂ ਕੀਤਾ ਹੈ। ਜਦੋਂ ਕਦੇ ਵੀ ਅੱਗੇ ਕੋਈ ਪਿੰਡ ਵੱਸਦਾ ਸੀਗਾ, ਉਹ ਤ੍ਰਿਵੇਣੀ ਤੋਂ ਸ਼ੁਰੂ ਕਰਦੇ ਸੀ। ਸੋ ਅੱਜ ਵੀ ਤ੍ਰਿਵੇਣੀ ਤੋਂ ਸ਼ੁਰੂ ਕੀਤਾ ਹੈ। ਇਸ ਗੱਲ ਦੀ ਜਿੰਨੀ ਵਧਾਈ ਦੇਈਏ ਉਨੀ ਥੋੜ੍ਹੀ ਹੈ। ਸ਼ਲਾਘਾਯੋਗ ਹੈ ਨਾ ਗੁਰਮੁਖਾਂ ਦਾ, ਇਹ ਹਰ ਪਿੰਡ ਨੂੰ, ਹਰ ਪੰਚਾਇਤ ਨੂੰ ਕਰਨਾ ਚਾਹੀਦਾ। ਅਤੇ ਮੈਂ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ, 500-700 ਬੂਟਿਆਂ ਨਾਲ ਗੱਲ ਨਹੀਂ ਬਣਨੀ, ਇਹ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੱਗਣਗੇ ਤਾਂ ਕੋਈ ਵਾਤਾਵਰਣ ਦਾ ਸੁਧਾਰ ਹੋ ਸਕਦਾ। ਕੋਈ ਵੱਡਾ ਪਲਾਨ ਉਲੀਕਣਾ ਹੋਵੇ ਉਹਦੇ ਵਾਸਤੇ ਪਹਿਲਾਂ ਛੋਟੇ ਛੋਟੇ ਉੱਦਮ ਕਰਨੇ ਪੈਂਦੇ ਨੇ। ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਆਸ ਕਰਦਾ ਵੀ ਬਾਕੀ ਦੇ ਵੀ ਇਲਾਕਾ ਨਿਵਾਸੀ ਇਹਨਾਂ ਤੋਂ ਪ੍ਰੇਰਨਾ ਲੈ ਕੇ ਇਸ ਖੇਤਰ ਦੇ ਵਿੱਚ ਆਪਣੀ ਸੇਵਾ ਵਾਸਤੇ ਯੋਗਦਾਨ ਪਾਉਣ। ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ? ਜਿਵੇਂ ਮੈਂ ਤਾਂ ਆਪਣਾ ਮੈਸੇਜ ਦੇਤਾ ਜੀ, ਹਰੇਕ ਪਿੰਡ ਦੀ ਪੰਚਾਇਤ ਕੋਲ ਆਪਣੀਆਂ ਜ਼ਮੀਨਾਂ ਪਈਆਂ ਨੇ। ਜੇ ਆਪਾਂ ਕਿਸੇ ਨੂੰ ਕਹਿ ਸਕਦੇ ਘੱਟੋ ਘੱਟ ਪੰਚਾਇਤ ਤਾਂ ਇਹ ਕੰਮ ਕਰ ਸਕਦੀਆਂ ਨੇ ਵੀ ਜਿਹੜੀ ਆਪਣੀ ਪੰਚਾਇਤੀ ਜ਼ਮੀਨ ਉਹ 'ਚ ਬੂਟੇ ਲਾਓ, ਹੋਰ ਕੁਛ ਨਾ ਕਰੋ। ਇਹਦੇ ਨਾਲ ਬਹੁਤ ਫਰਕ ਪੈ ਜਾਊਗਾ। ਸਰਕਾਰ ਵੱਲੋਂ ਵੀ ਕਿਹਾ ਮੋਟਰ 'ਤੇ ਵੀ 4-4 ਬੂਟੇ ਲਗਾਉਣੇ ਜ਼ਰੂਰੀ। ਬੂਟੇ ਤਾਂ ਹਜ਼ਾਰਾਂ ਦੀ ਗਿਣਤੀ 'ਚ ਲੱਗਣੇ ਚਾਹੀਦੇ ਨੇ। ਚਲੋ ਉਹ ਵੀ ਠੀਕ ਹੈ, ਉਹਨਾਂ ਨੇ ਕੋਈ ਕੈਲਕੂਲੇਸ਼ਨ ਕੀਤੀ ਹੋਣੀ ਵੀ ਜਿੰਨੇ ਹਰੇਕ ਮੋਟਰ 'ਤੇ ਬੂਟਾ ਲੱਗ ਜੂਗਾ ਤਾਂ ਇੰਨੇ ਟੋਟਲ ਇੰਨੇ ਹੋ ਜਾਣਗੇ। ਉਹ ਵੀ ਚੰਗੀ ਗੱਲ ਹੈ, ਪਰ ਆਪਣੇ ਤੌਰ 'ਤੇ ਉੱਦਮ ਕਰਨਾ ਪੈਣਾ ਜੀ ਸਰਕਾਰਾਂ ਤੋਂ। ਇਹਦੇ 'ਚ ਕਿਸੇ ਸਰਕਾਰ ਦਾ ਨਫਾ ਨੁਕਸਾਨ ਨਹੀਂ, ਸਾਡੇ ਜਿਹੜੇ ਰਹਿਣ ਵਾਲੇ ਜਿਹੜੇ ਇੱਥੋਂ ਦੇ ਨਾਗਰਿਕ ਨੇ ਉਹਨਾਂ ਦਾ ਨਫਾ ਨੁਕਸਾਨ ਆ ਜੇ ਨਹੀਂ ਦਰਖਤ ਲੱਗਣਗੇ। ਇਹ 'ਚ ਆਪਾਂ ਅੱਜ ਰੀਅਲਾਈਜ਼ ਕਰ ਲਈਏ ਭਾਵੇਂ ਕੱਲ੍ਹ ਨੂੰ ਕਰ ਲਈਏ। ਇਹ ਟੌੜਾ ਸਾਹਿਬ ਜੀ 100 ਸਾਲਾ ਜਨਮ ਸ਼ਤਾਬਦੀ ਨੂੰ ਪਹਿਲਾ ਸਮਾਗਮ ਸੀ ਸਾਡਾ, ਵਾਤਾਵਰਨ ਸੰਭਾਲ ਲਹਿਰ ਇੱਕ ਲਹਿਰ ਹੈ, ਪਹਿਲਾ ਪ੍ਰੋਗਰਾਮ ਆ ਜਿਹੜਾ ਟੌੜੇ ਵਿਖੇ ਕਰਿਆ ਗਿਆ। ਮਹਾਂਪੁਰਖ ਆਏ ਨੇ, ਬਾਬਾ ਬਲਜਿੰਦਾੜਾ ਸਾਹਿਬ ਵਾਲੇ ਮੁਖੀ ਸੰਪਰਦਾਇ ਆਏ ਨੇ, ਆਸ਼ੀਰਵਾਦ ਦਿੱਤਾ ਹੈ। ਬਾਬਾ ਅਮਰੀਕ ਸਿੰਘ ਜੀ ਨੇ ਕਰ ਸਕਦਾ, ਹੋਰ ਬੇਅੰਤ ਮਹਾਂਪੁਰਖ ਆਏ ਨੇ, ਇਹਨਾਂ ਤੋਂ ਆਸ਼ੀਰਵਾਦ ਲੈ ਕੇ ਅੱਜ ਆਰੰਭ ਹੋਈ ਹੈ ਲਹਿਰ। ਅਸੀਂ ਪਿੰਡ ਪਿੰਡ ਜਾਵਾਂਗੇ, ਸ਼ਹਿਰਾਂ 'ਚ ਜਾਵਾਂਗੇ, ਜ਼ਿਲ੍ਹਿਆਂ 'ਚ ਜਾਵਾਂਗੇ। ਸੰਗਤ ਸਾਨੂੰ ਉਡੀਕਦੀ ਸੀ, ਉਹ ਕਹਿੰਦੇ ਤੁਸੀਂ ਸ਼ੁਰੂ ਕਰ ਦਿਓ ਲਹਿਰ ਟੌੜਾ ਸਾਹਿਬ ਦੇ ਨਾਂ ਦੇ ਉੱਪਰ। ਜਿਹੜਾ ਵੀ ਬੰਦਾ ਟੌੜਾ ਸਾਨੂੰ ਪਿਆਰ ਕਰਦਾ, ਜਿਹੜਾ ਬੰਦਾ ਚੰਗੇ ਕਿਰਦਾਰ ਵਾਲੇ ਵਿਅਕਤੀ ਜਿਹੜਾ ਜਿਹਦਾ ਕਿਰਦਾਰ ਹੈ, ਉਹ ਕਹਿੰਦੇ ਜੀ ਟੌੜਾ ਸਾਹਿਬ ਦੇ ਨਾਂ ਦੇ ਉੱਪਰ ਗੱਲ ਚੱਲਣੀ ਚਾਹੀਦੀ ਹੈ। ਅਤੇ ਅੱਜ ਲਹਿਰ ਸ਼ੁਰੂ ਹੋਈ ਹੈ, ਪਾਤਸ਼ਾਹ ਕਿਰਪਾ ਕਰੇ, ਬਖਸ਼ ਕਰੇ, ਮਹਾਂਪੁਰਖਾਂ ਆਸ਼ੀਰਵਾਦ ਮਿਲੇ। ਇਹ ਹਰ ਪਿੰਡ ਪਿੰਡ ਜਾਵਾਂਗੇ ਅਸੀਂ, ਔਰ ਅਸੀਂ ਇਹ ਵੀ ਅਪੀਲ ਕਰਦੇ ਸੰਗਤ ਨੂੰ ਵੀ ਘੱਟੋ ਘੱਟ ਹਰ ਵਿਅਕਤੀ ਇੱਕ ਦਰਖਤ ਆਪਣੇ ਘਰੇ ਜਾਂ ਖੇਤ ਚਲਾਵੇ, ਉਹਨੂੰ ਪਾਲੇ ਵੀ। ਗੱਲ ਲਾਉਣ ਦੀ ਨਹੀਂ, ਸੰਭਾਲ ਕੇ ਵੱਡੇ ਕਰਨ ਦੀ ਵੀ ਹੈ। ਸਾਡੀ ਕੋਸ਼ਿਸ਼ ਹੈ ਸ਼ਤਾਬਦੀ ਦੇ ਬੂਟਾ ਲੱਗੇ, ਜਨਮ ਸ਼ਤਾਬਦੀ ਟੌੜਾ ਸਾਹਿਬ ਦੇ, ਉਹ ਵੱਡਾ ਹੋ ਕੇ ਸਾਡੀ ਆਉਣ ਪੀੜ੍ਹੀਆਂ ਨੂੰ ਇੱਕ ਯਾਦਗਾਰ ਰਹੇ ਅਤੇ ਟੌੜਾ ਸਾਹਿਬ ਦੀ ਯਾਦ ਪਾਵੇ। ਅਸੀਂ ਜਿਸ ਤਰ੍ਹਾਂ ਟੌੜਾ ਸਾਹਿਬ ਜੀਵਨ ਸੀ, ਉਹ ਤੋਂ ਸੇਧ ਲੈ ਕੇ ਚੰਗੇ ਸਿੱਖ ਬਣੀਏ, ਚੰਗੇ ਸੇਵਾਦਾਰ ਬਣੀਏ ਔਰ ਪੰਥ ਨੂੰ ਸਮਰਪਿਤ ਰਹੀਏ। ਇਹ ਸਾਡੀ ਬੇਨਤੀ। ਅਸੀਂ ਗਿਣਤੀਆਂ 'ਚ ਨਹੀਂ ਪੈਣਾ, ਅਸੀਂ ਤਾਂ ਕੁਆਲਿਟੀ ਦੇਣੀ ਹੈ। ਜਿਹੜਾ ਲੱਗੂ ਨੂੰ ਪਾਲਾਂਗੇ, ਮੈਨੂੰ ਹੁਸ਼ਿਆਰਪੁਰ ਦੀ ਫੋਨ ਆਏ ਸੀਗੇ, ਦੁਆਬੇ 'ਚ ਵੀ ਆਏ ਸੀਗੇ ਵੀ ਅਸੀਂ ਆਓ ਜੀ, ਅਸੀਂ ਤਿਆਰ ਹਾਂ ਟੌੜਾ ਸਾਹਿਬ ਦੇ ਨਾਂ 'ਤੇ, ਅਸੀਂ ਸ਼ੁਰੂ ਕਰਨੀ ਹੈ। ਸੰਗਰੂਰ ਤੋਂ ਆਏ ਨੇ, ਬਠਿੰਡੇ ਤੋਂ ਆਏ ਨੇ, ਕਹਿਣ ਦਾ ਭਾਵ ਸਮੁੱਚੀ ਦਿਨ ਦੁਨੀਆ ਦਾ ਜਿਹੜਾ ਸਿੱਖ ਵੱਸਦਾ ਟੌੜਾ ਸਾਨੂੰ ਪਿਆਰ ਕਰਦਾ, ਉਹ ਕਹਿੰਦਾ ਜੀ ਉਹਨਾਂ ਦੀ ਸ਼ਤਾਬਦੀ ਮਨਾਉਣੀ ਹੈ ਤਾਂ ਵਧੀਆ ਉਪਰਾਲਾ ਵਾਤਾਵਰਨ ਨੂੰ ਸੰਭਾਲ ਕਰੀਏ, ਜਿਹਦੀ ਜ਼ਰੂਰਤ ਹੈ ਸਮੇਂ ਦੀ। ਨਾਲੇ ਪੁੰਨ, ਨਾਲੇ ਫਲੀਆਂ, ਨਾਲੇ ਟੌੜਾ ਸਾਨੂੰ ਯਾਦ ਕਰਾਂਗੇ, ਨਾਲੇ ਵਾਤਾਵਰਨ 'ਚ ਆਪਣਾ ਯੋਗਦਾਨ ਪਾਵਾਂਗੇ, ਆਪਣੀਆਂ ਆਉਣ ਜਿਹੜੇ ਪੀੜ੍ਹੀਆਂ ਨੇ ਉਹਨੂੰ ਚੰਗਾ ਵਾਤਾਵਰਨ ਦੇ ਕੇ ਜਾਵਾਂਗੇ ਦੁਨੀਆ 'ਤੇ। ਕਿਹੜੇ ਕਿਹੜੇ ਬੂਟੇ ਜਿਹੜੇ ਹੈਗਾ ਤੁਸੀਂ? ਅਸੀਂ ਨੇ ਜੀ ਅੰਬ, ਜਾਮਣ, ਔਲਾ ਅਤੇ ਅਮਰੂਦ, ਨਾਲ ਅਸੀਂ ਨੇ ਸ਼ਾਨਦਾਰ ਬੂਟੇ ਵੀ ਲਾਏ ਨੇ, ਪਾਪੂਲਰ ਵੀ ਆ, ਹਰ ਤਰ੍ਹਾਂ ਦਾ ਬੂਟਾ ਲਾ ਰਹੇ ਹਾਂ ਤਾਂ ਕਿ ਇਕੱਲੇ
ਅਸੀਂ ਫਰੂਟਾਂ ਤੱਕ ਨਾ ਸੀਮਤ ਰਹੀਏ, ਜਿਹੜੀ ਜ਼ਿੰਦਗੀ ਲੋੜ ਪੈਂਦੀ ਹਰ ਬੂਟੇ ਦੀ, ਫਲਦਾਰ ਵੀ ਅਤੇ ਛਾਂਦਾਰ ਵੀ, ਉਹ ਸਾਰੇ ਅਸੀਂ ਬੂਟੇ ਲਾ ਰਹੇ ਹਾਂ ਅਤੇ ਜੰਗਲਾਤ ਭਾਅ ਦਾ ਧੰਨਵਾਦ ਹੈ, ਸਾਨੂੰ ਬਹੁਤ ਸਹਿਯੋਗ ਕਰ ਰਹੇ ਨੇ ਇਹ, ਅਤੇ ਹਰ ਪਿੰਡ ਜਾਵਾਂਗੇ, ਹਰ ਸ਼ਹਿਰ ਜਾਵਾਂਗੇ, ਗੁਰੂ ਕਿਰਪਾ ਕਰੇ, ਸੀਸ ਬਖਸ਼ੇ ਸੰਗਤ, ਇਹਨੂੰ ਬੜੀ ਚੜ੍ਹਦੀ ਕਲਾ ਲੈ ਕੇ ਜਾਵਾਂਗੇ ਲਹਿਰ ਨੂੰ। ਇੱਕ ਲਹਿਰ ਹੈ ਨਾ ਕਿ ਇੱਕ ਸਮਾਗਮ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।